ਇਹ ਸਾਡੀ ਦੂਸਰੀ ਕੁੜੀ ਆ ਇਹ ਆਹੋ ਡੈਡੀ ਦੀ ਕੁੜੀ ਆ ਇਹ ਆਪਣੇ ਸਾਰੇ ਜਣੇ ਸੁਝਾ ਦਿਓ ਆਪਾਂ ਤਾਂ ਹਾਂ ਅਸੀਂ ਕੀ ਕਰੀਏ ਯਾਰ ਸਾਡੀ ਹਾਂ ਸਾਰੇ ਜਣੇ ਆਪਣੇ ਸੁਜੈਸ਼ਨ ਦਿਓ ਸਾਨੂੰ ਹਾਂ ਵੀ ਅਸੀਂ ਕਿੱਦਾਂ ਮਨਾਈਏ ਉਹਨੂੰ ਹੁਣ ਹੈਲੋ ਐਵਰੀਵਨ ਵੈਲਕਮ ਬੈਕ ਟੂ ਅਵਰ ਯੂਟਿਊਬ ਚੈਨਲ ਗੁਰਜਸ ਵਲੌਗ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੁਹਾਨੂੰ ਪਤਾ ਜਿੱਦਾਂ ਮਿਸਟਰ ਥੋੜ੍ਹੇ ਗੁੱਸੇ ਹੋਏ ਆ ਕਹਿੰਦੇ ਕਿ ਮੈਂ ਵਲੌਗ ਨਹੀਂ ਬਣਾਉਣਾ ਕਿਉਂਕਿ ਇੱਕ ਦੋ ਪਰਸਨ ਗਲਤ ਕਮੈਂਟ ਕਰਦੇ ਸੀ ਫੇਸ ਕਰਕੇ ਉਹਨਾਂ ਨੇ ਜ਼ਿਆਦਾ ਹੀ ਦਿਲ 'ਤੇ ਗੱਲ ਲੈ ਲਈ ਉਹ ਵਲੌਗ ਦੇ ਵਿੱਚ ਕਹਿੰਦੇ ਮੈਂ ਨਹੀਂ ਕੰਟੀਨਿਊ ਕਰਨਾ ਤੁਹਾਡੇ ਨਾਲ ਮੈਂ ਤਾਂ ਬਹੁਤ ਵਾਰੀ ਮਿਹਨਤ ਕਰ ਲਈ ਹਾਂ ਕਹਿੰਦੇ ਕਿ ਮੈਂ ਨਹੀਂ ਹੁਣ ਕੰਟੀਨਿਊ ਕਰ ਸਕਦਾ ਅਤੇ ਹੁਣ ਮੇਰਾ ਵੀ ਵੈਸੇ ਵਲੌਗ ਬਣਾਉਣ ਨੂੰ ਦਿਲ ਨਹੀਂ ਕਰਦਾ ਕਿਉਂਕਿ ਜੋ ਤੱਕ ਇਹ ਨਾ ਹੋਣ ਫਿਰ ਮੇਰਾ ਵੀ ਕੰਟੀਨਿਊ ਕਰਨ ਨੂੰ ਨਹੀਂ ਮਨ ਕਰਦਾ ਫਿਰ ਹੁਣ ਅਸੀਂ ਘਰ ਦੇ ਵਲੌਗ ਬਣਾ ਰਹੇ ਉਹਨਾਂ ਵੀ ਨਾ ਤਾਂ ਉੱਦਾਂ ਵਲੌਗ ਦੇ ਵਿੱਚ ਰੌਣਕ ਨਹੀਂ ਹੁੰਦੀ ਮੈਂ ਹੁਣ ਸਬਜ਼ੀ ਨੂੰ ਤੜਕਾ ਲਗਾ ਕੇ ਹਟੀ ਹਾਂ ਅੱਜ ਬਣਾਈ ਅਸੀਂ ਗੋਭੀ ਦੀ ਸਬਜ਼ੀ ਅਸੀਂ ਸਾਰਾ ਕੰਮ ਚੁੱਲ੍ਹੇ 'ਤੇ ਕਰਦੇ ਹੁੰਦੇ ਤੁਹਾਨੂੰ ਪਤਾ ਹੀ ਹੈ ਚੁੱਲ੍ਹੇ 'ਤੇ ਸਬਜ਼ੀ ਬਣਾਉਂਦੇ ਹਾਂ ਅਸੀਂ ਤੜਕਾ ਤਾਂ ਲਗਾ ਤਾ ਹੁਣ ਮੰਮੀ ਨੇ ਰੋਟੀ ਬਣਾਉਣੀ ਤੁਸੀਂ ਕੀ ਕਰ ਰਹੇ ਹੋ ਇੱਧਰ ਤਾਂ ਆ ਜਾਓ ਕਹਿੰਦੇ ਮੈਂ ਤੁਹਾਡੇ ਨਾਲ ਵਲੌਗ ਬਣਾਉਣਾ ਹੁਣ ਸਾਨੂੰ ਇਹਨਾਂ ਮਹੀਨਿਆਂ ਦਾ ਸਾਤੋਂ ਬੋਲਿਆ ਵੀ ਨਹੀਂ ਜਾਂਦਾ ਮੰਮੀ ਮੰਮੀ ਆਪਣੀ ਯੂਟਿਊਬ ਫੈਮਿਲੀ ਦਾ ਗੁਰਪ੍ਰੀਤ ਸਿੰਘ ਗੁੱਸੇ ਹੋ ਗਿਆ ਕਹਿੰਦਾ ਮੈਂ ਵਲੌਗ 'ਚ ਆਉਣਾ ਨਹੀਂ ਹੈਗਾ ਤੁਹਾਡੇ ਕੀ ਵਿਚਾਰ ਆ ਮੰਮੀ ਮੰਮੀ ਕਹਿੰਦੀ ਮੇਰਾ ਆਪਦਾ ਨਹੀਂ ਜੀ ਮੰਮੀ ਕਹਿੰਦੀ ਮੇਰਾ ਆਪਦਾ ਨਹੀਂ ਦਿਲ ਕਰਦਾ ਵਲੌਗ ਸਾਡਾ ਮੁੰਡਾ ਰਖਾਤਾ ਬਾਈ ਤੁਸੀਂ ਹੈ ਹੁਣ ਸਾਰੇ ਜਣੇ ਕਮੈਂਟ ਕਰੀ ਤਾਂ ਜਾ ਰਹੇ ਆ ਇੰਨੇ ਜਣੇ ਕਮੈਂਟ ਕਰ ਦੇ ਭਾਅ ਜੀ ਤੁਸੀਂ ਵਲੌਗ ਬਣਾਓ ਵਲੌਗ ਬਣਾ ਕਹਿੰਦੇ ਮੈਂ ਨਹੀਂ ਬਣਾਉਣਾ ਹੈਗਾ ਮੰਨਦੇ ਨਹੀਂ ਹੈਗੇ ਗੁੱਸੇ ਵਾਲੇ ਨੂੰ ਕੀ ਕਰ ਸਕਦੇ ਅਸੀਂ ਵੀ ਗੁੱਸੇ ਬੜਾ ਖਤਰਨਾਕ ਆ ਸਾਰੇ ਜਣੇ ਆਪਣੇ ਆਪਣੇ ਸੁਜੈਸ਼ਨ ਦਿਓ ਆਪਾਂ ਤਾਂ ਇਹਨਾਂ ਨੂੰ ਮੰਗਾ ਕੇ ਦੇਖ ਲਿਆ ਲੋ ਜੀ ਰਵੀ ਸਿੰਘ ਆ ਗਿਆ ਹੁਣ ਦੁਕਾਨ ਤੋਂ ਰਵੀ ਆ ਗਿਆ ਦੁਕਾਨ ਵਧਾ ਕੇ ਆਉਂਦੇ ਹੀ ਆਪਣੀ ਡਿਊਟੀ ਨਿਭਾ ਰਿਹਾ ਕਹਿੰਦਾ ਵਲੌਗ ਵਲੌਗ ਦੇਖਣਾ ਨਾ ਰਵੀ ਤੂੰ ਕੀ ਆਪਣੇ ਸੁਜੈਸ਼ਨ ਦੇਣਾ ਚਾਹੁੰਦਾ ਤੇਰਾ ਵੀਰਾ ਤਾਂ ਗੁੱਸੇ ਹੋ ਗਿਆ ਹੁਣ ਆਪਾਂ ਕੀ ਕਰੀਏ ਇਹ ਵਲੌਗ ਦੇਖ ਰਿਹਾ ਅੱਛਾ ਚੰਗੀ ਤਰ੍ਹਾਂ ਸੁਣ ਰਿਹਾ ਫੇਰ ਆਪਣੇ ਦੱਸੂਗਾ ਮੰਮੀ ਇਹ ਕਹਿੰਦਾ ਰਾਤ ਮੇਰੇ ਸਰਾਣੇ ਇੰਨਾ ਰੌਲਾ ਪਾਇਆ ਤੁਸੀਂ ਇਹਨੂੰ ਪਤਾ ਨਹੀਂ ਲੱਗਾ ਇਹ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਲੱਗਿਆ ਵੀ ਤੁਸੀਂ ਇੰਨਾ ਰੌਲਾ ਪਾਇਆ ਮੇਰੇ ਸਰਾਣੇ ਇਹ ਸੁੱਤਾ ਪਿਆ ਸੀ ਮੰਮੀ ਕੀ ਕਹਿਣਾ ਚਾਹੁੰਦੀ ਆ ਲੋਕਾਂ ਦਾ ਤਾਂ ਕੰਮ ਹੀ ਇਹੀ ਆ ਕਮੈਂਟ ਦੇਖ ਰਹੇ ਸੀਗੇ ਮਤਲਬ ਕਿ ਇਹਨਾਂ ਦਾ ਗੁਰਪ੍ਰੀਤ ਗੁੱਸਾ ਮੰਨ ਕੇ ਬੈਠ ਗਿਆ ਦੇਖੋ ਉਹਦੀ ਮਤਲਬ ਕਿ ਉਹਦੇ ਵਿੱਚ ਕਿੰਨੇ ਲੋਕ ਆਏ ਨੇਗੇ ਹਨਾ ਵੀ ਬਾਈ ਜੀ ਤੁਸੀਂ ਏਦਾਂ ਨਾ ਕਰੋ ਏਦਾਂ ਨਾ ਕਰੋ ਹੋਰ ਕਿੰਨੇ ਜਾਣੇ ਕਮੈਂਟ ਕਰ ਰਹੇ ਸਾਰੇ ਜਾਣੇ ਕਹਿੰਦੇ ਤੁਸੀਂ ਵਲੌਗ ਬਣਾਓ ਵਲੌਗ ਬਣਾਓ ਬਹੁਤ ਜ਼ਿਆਦਾ ਕਮੈਂਟ ਆ ਰਹੇ ਆ ਸਾਡਾ ਵੀ ਅੱਜ ਥੋੜਾ ਜਿਹਾ ਮੂਡ ਹੋ ਪਿਆ ਸਾਡਾ ਤਾਂ ਆਪਣੀ ਵਲੌਗ ਬਣਾਉਣ ਨੂੰ ਦਿਲ ਕਰਦਾ ਕਿਉਂਕਿ ਰੌਣਕ ਲਾ ਕੇ ਰੱਖਦੇ ਸਾਤੋਂ ਬਣਦਾ ਨਹੀਂ ਵਲੌਗ ਕਹਿੰਦਾ ਕੁੱਤੇ ਭੌਂਕਦੇ ਹੀ ਰਹਿੰਦੇ ਨੇ ਹਾਂ ਸਾਰੇ ਜਣੇ ਇਹੀ ਕਮੈਂਟ ਕਰਦੇ ਕਿ ਜੇ ਕੋਈ ਭੌਂਕਦਾ ਇਹਨੂੰ ਭੋਕੀ ਜਾਣ ਦਿਓ ਵਿੱਚ ਵਿੱਚ ਇਹ ਵੀ ਕਮੈਂਟ ਆਏ ਜਿਹੜੇ ਕਹਿੰਦੇ ਜਿਹੜਾ ਤੁਹਾਤੋਂ ਮੱਚਦਾ ਉਹਨੂੰ ਹੋਰ ਮਚਾਓ ਤੁਸੀਂ ਕਹੋ ਟੈਨਸ਼ਨ ਲੈਂਦੇ ਲੋਕਾਂ ਦੀ ਹਜੇ ਤਾਂ ਤੁਹਾਡੀ ਰੱਬ ਨੇ ਹੱਥ ਫੜਨਾ ਹਜੇ ਤੁਸੀਂ ਹੁਣੇ ਰੁਕ ਗਏ ਅਸੀਂ ਕੀ ਕਰ ਸਕਦੇ ਆ ਸਾਡੇ ਗੁਰਪ੍ਰੀਤ ਦਾ ਸ਼ਨੀ ਛੇਤੀ ਭਾਰੀ ਇਸ ਕਰਕੇ ਇਹਦਾ ਸ਼ਨੀ ਭਾਰੀ ਹੋਇਆ ਪਿਆ ਇਸ ਕਰਕੇ ਗੁੱਸੇ ਹੋਏ ਪਏ ਆ ਮੈਂ ਨਹੀਂ ਵਲੌਗ ਬਣਾਉਣਾ ਮੈਂ ਨਹੀਂ ਵਲੌਗ ਬਣਾਉਣਾ ਆ ਜਾ ਬਾਈ ਆਈ ਨਹੀਂ ਰੇ ਆ ਤਾਂ ਸੱਗੂ ਵੀ ਨਹੀਂ ਆਈ ਚੰਗੀ ਤਰ੍ਹਾਂ ਸੱਗੂ ਨੂੰ ਵੀ ਮਵਾਜ ਫਿਰ ਉਹਦੇ ਨਾਲ ਹੀ ਮੈਂ ਹਿਲ ਜਾ ਉਹ ਕਰਦੀ ਆ ਹੋਰ ਸੱਗੂ ਨਹੀਂ ਕਰਿਆ ਸੱਗੂ ਦੇ ਵੀ ਨਾਲ ਹੀ ਆ ਜਦ ਉਹਦੇ ਸੱਗੂ ਤਾਂ ਆਪਦੇ ਕੀ ਕਿਥੇ ਉਹ ਬੈਠੀ ਖੁੰਝੇ ਲੱਗੀ ਉਹ ਵੀ ਨਹੀਂ ਆਈ ਉਹ ਤਾਂ ਆਪ ਇਹ ਵੀ ਖੁੰਝੇ ਲੱਗੀ ਬੈਠੀ ਆ ਮੰਮੀ ਸੱਚ ਇੱਕ ਕਮੈਂਟ ਆਇਆ ਸੀਗਾ ਕਹਿੰਦੇ ਉਹ ਟੈਂਟ ਵਾਲੀ ਕੁਰਸੀ ਹੈਗੀ ਹਾਂ ਹਾਂ ਮੈਂ ਵੀ ਮੇਰਾ ਵੀ ਆ ਮੰਮੀ ਕਿੱਥੋਂ ਲਈ ਸੀ
ਕਿਤੋਂ ਨਹੀਂ ਲਈ ਇੱਥੇ ਨਾ ਉੱਡੀ ਹੋਈ ਸੀ ਉਹਨਾਂ ਦਾ ਸੁਝਾਅ ਸਹੀ ਸੀ ਇਹ ਡਿੱਗੀ ਹੋਈ ਸੀ ਟੈਂਟਾਂ ਨੇ ਦੀ ਉਹਨਾਂ ਦਾ ਸੁਝਾਅ ਸਹੀ ਸੀ ਜਿਨ੍ਹਾਂ ਨੇ ਕਰਿਆ ਦੀ ਕਹਿੰਦੇ ਜਿਨ੍ਹਾਂ ਨੇ ਵੀ ਕਮੈਂਟ ਕਰਿਆ ਉਹਨਾਂ ਦਾ ਬਿਲਕੁਲ ਸਹੀ ਆਨਸਰ ਸੀ ਇਹ ਟੈਂਟ ਵਾਲੀ ਇਹ ਤਾਂ ਡਿੱਗੀ ਹੋਈ ਸੀ ਡਿੱਗੀ ਨੇ ਹੋਈ ਸੀ ਲੜਾਈ ਪੈ ਗਈ ਸੀ ਕਹਿੰਦੇ ਲੜਾਈ ਪੈ ਗਈ ਤੇ ਉਹ ਕੁਰਸੀਆਂ ਐਂ ਛੱਟ ਕੇ ਵਗ ਤੇ ਕੇ ਫਿਰ ਉਹ ਇੱਕ ਅਸੀਂ ਚੱਕ ਲਈ ਨਾਲੇ ਚ ਡਿੱਗ ਗਈ ਸੀ ਨਾਲੇ ਚ ਜਾਵੇ ਤੇਰੇ ਔਖਾ ਹੀ ਆ ਜਾ ਲੋਕ ਨੀ ਜਿੱਤੇ ਜਾਂਦੇ ਮੰਮੀ ਕੀ ਕਰਨਗੇ ਕਮੈਂਟ ਮੰਮੀ ਦੇਖੋ ਵਧੀਆ ਲੱਗਦਾ ਨਾ ਦੇਖੋ ਭਾਈ ਉਹ ਅੱਜ ਤਾਂ ਹੋਰ ਗੋਡੇ ਵਾਲੀਆਂ ਢੂਣੀਆਂ ਵਾਲੀਆਂ ਨਹੀਂ ਮੰਮੀ ਉਹੀ 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 ਮਸ਼ੀਨ ਦਾ ਨਾਮ ਕੀ ਹੈਗਾ ਕੀ ਸੀ ਸੁਪਰ ਕੀ ਸੀਗਾ ਮੈਂ ਸੁਪਰ ਕੀ ਸੀ ਗੋਲਾ ਖਾਣ ਨੂੰ ਨੀ ਕਿਹਾ ਤੈਨੂੰ ਪੜ੍ਹਨ ਨੂੰ ਕਿਹਾ ਕੌਣ ਲੈ ਕੇ ਅੱਛਾ ਰਵੀ ਲੈ ਕੇ ਆਇਆ ਗੋਲੇ ਖਾਏ ਖਾਧਾ ਮੈਂ ਪਹਿਲਾਂ ਵੀ ਲੈ ਕੇ ਆਇਆ ਸੀ ਇਹਨਾਂ ਜੀਭ ਲਾਲ ਹੋ ਜਾਂਦੀ ਨਾ ਸਾਰੀ ਦੇਖੋ ਮੈਡਮ ਕਿੱਦਾਂ ਆਈ ਹੈ ਇਹਨੂੰ ਦੇ ਦੋ ਪਹਿਲਾਂ ਖਾਣ ਨੂੰ ਲੈ ਸ਼ੁਰੂਆਤ ਜੀ ਹੋ ਗਈ ਇਹ ਇੰਨੀ ਲਾਲ ਗੋਲੀ ਹੁੰਦੀ ਆ ਖੱਟੀ ਮਿੱਠੀ ਹੁੰਦੀ ਆ ਨਾ ਏਦਾਂ ਗਰਮ ਗਰਮ ਚੁੱਲ੍ਹੇ ਤੇ ਬਣ ਰਹੀਆਂ ਰੋਟੀਆਂ ਚੁੱਲ੍ਹੇ ਤੇ ਬਣਾਉਂਦੇ ਆ ਨਾ ਅਸੀਂ ਰੋਟੀ ਨਾਲ ਨਾਲ ਗਰਮ 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 ਖਾ ਲਈ ਦੀ ਪਹਿਲਾਂ ਹਨਾ ਸਾਨੂੰ ਚੁੱਲ੍ਹੇ ਚ ਹੋਏ ਰੋਟੀ ਨੀ ਰਾੜ ਨੀ ਆਉਂਦੀ ਸਾਨੂੰ ਦੋਨੇ ਜਦੋਂ ਮੰਮੀ ਹਫ਼ਤਾ ਇੱਕ ਨਾ ਮਾਮੇ ਆਰੇ ਗਈ ਸੀ ਫੇਰ ਸਾਨੂੰ ਦੋਨਾਂ ਨੂੰ ਮਿੰਟੋ ਮਿੰਟੀ ਚੁੱਲ੍ਹੇ ਚ ਰੋਟੀ ਮੰਮੀ ਸਾਡੀ ਗਈ ਸੀ ਤੇ ਫੇਰ ਆਪਾਂ ਦੋਨੇ ਜਣੀ ਚੁੱਲ੍ਹੇ ਤੇ ਰੋਟੀ ਬਣਾਉਂਦੀ ਹੁੰਦੀ ਸੀ ਹੌਲੀ ਹੁਣ ਹੁਣ ਤਾਂ ਸਾਨੂੰ ਰਾੜ ਨੀ ਆ ਗਈ ਪਹਿਲਾਂ ਨੀ ਸਾਨੂੰ ਆਉਂਦੀ ਸੀ ਤਵੇ ਦੀ ਤਾਂ ਸੇਕ ਲਈ ਦੀ ਪਰ ਜਦੋਂ ਆਪਾਂ ਵਿੱਚ ਰਾੜਦੇ ਉਹਨਾਂ ਕੀ ਹੁੰਦਾ ਮੰਮੀ ਚੰਗੀ ਤਰ੍ਹਾਂ ਫੁੱਲ ਜਾਂਦੀ ਹੈ ਨਾ ਕੱਚੀ ਨੀ ਰਹਿੰਦੀ ਚੁੱਲ੍ਹੇ ਦਾ ਆਹ ਹੁੰਦਾ ਨਾ ਫਿਰ ਟੇਸਟ
ਇਹਦੀ ਤਾਂ ਮਿੱਟੀ ਵੀ ਬੜੀ ਟੇਸਟੀ ਹੁੰਦੀ ਨਾ। ਪਤਾ ਜਾ ਨੀ ਲੱਗਾ ਟੇਸਟ ਦਾ। ਹਾਂ ਦੇਖੋ ਇੰਦਾ ਰੋਟੀ ਰਹਿ ਰਹੀ ਸੀ ਚੁੱਲ੍ਹੇ ਚ, ਪੜ੍ਹਾਈ ਔਖੀ ਆ, ਮੈਡੀਕਲ ਕਰ ਰਿਹਾ ਨਾਲ ਨਾਲ ਦੁਕਾਨ ਦਾ ਵੀ ਸਾਰਾ ਕੰਮ ਸਿੱਖ ਰਿਹਾ, ਮੁੰਡੇ ਤੇ ਕੰਮ ਬਹੁਤ ਆ ਇਸ ਕਰਕੇ ਇਹਨੇ ਪੇਪਰਾਂ ਤੋਂ ਬਾਅਦ ਫ੍ਰੀ ਹੋ ਜਾਣਾ, ਫਿਰ ਕਹਿੰਦਾ ਕਿ ਮੈਂ ਆਪਣਾ ਯੂਟਿਊਬ ਚੈਨਲ ਬਣਾਊਂਗਾ, ਬਣਾਊਂਗਾ ਨਾ ਪੱਕਾ ਬਣਾ ਲਈ, ਸਾਰਿਆਂ ਨੇ ਪੁੱਛ ਰਹੇ ਸੱਚ ਕੱਲ ਕਮੈਂਟ ਵੀ ਆਏ ਸੀ ਕਹਿੰਦਾ ਤੁਹਾਡੇ ਵਲੌਗ ਕਾਲੀ ਜੀ ਵਾਲੇ ਮੈਂ ਨਵੀਂ ਵਿਆਹੀ ਬਹੂ ਵਾਂਗੂ ਘੁੰਡ ਕੱਢੀ ਫਿਰਦਾ ਪਤੰਦਰ, ਲੈ ਲੈ ਬਸ ਤਾਂ ਮੁੰਡਾ ਹੀ ਰਸਾ ਕੇ ਧਰਤਾ। ਟ੍ਰੇਲਰ ਤਾਂ ਭੇਜਣਾ ਫਿਰ ਉਹਨਾਂ ਨੂੰ, ਸੱਗੂ ਵੀ ਆ ਗਈ ਦਰਸ਼ਨ ਦੇਣ, ਡੈਡੀ ਗਾਊਗਾ ਉਧਰ, ਮੰਮੀ ਵੱਲ ਦੇਖਿਓ, ਮੰਮੀ ਮੰਮੀ ਖੁਸ਼ ਹੋਊਗੀ, ਗੱਲਾਂ ਦੇਖੋ ਲਾਲ ਹੋ ਗਈਆਂ, ਚਲੋ ਡੈਡੀ ਦੰਦ ਗਏ ਤੇ ਸਵਾਦ ਗਿਆ, ਅੱਖਾਂ ਗਈਆਂ ਤੇ ਜਹਾਨ ਗਿਆ, ਸ਼ਾਬਾਸ਼ ਇਹ ਕੀ ਜੀ ਅੱਗੇ ਦੰਦ ਗਏ ਤੇ ਸਵਾਦ ਗਿਆ, ਜਿਹੜੀ ਤੇਰੇ ਆਪ ਅੱਖਾਂ ਗਈਆਂ ਤੇ ਜਹਾਨ ਵਾ ਕੇ ਦੇ ਖੋਤਾ ਲੱਗ ਗਿਆ ਚਲਾਉਣ ਦੇ। ਡੈਡੀ ਨੇ ਕਹੀ ਮੈਂ ਦੋ ਦੋ ਪੈਰ ਸੁਣਾਊਂਗਾ, ਡੈਡੀ ਨੇ ਤਾਂ ਦੋ ਲਾਈਨਾਂ ਸੁਣਾਈਆਂ ਕੱਲੀਆਂ, ਪਹਿਲਾਂ ਡਿਸਾਈਡ ਕਰ ਲੈ ਵੀ ਦੋ ਪੈਰ ਸੁਣਾਉਣੇ ਜਾਂ ਦੋ ਲਾਈਨਾਂ ਹੀ ਹੋਣਗੀਆਂ। ਤੂੰ ਕਿੱਥੇ ਜਾਣਾ ਡੈਡੀ, ਤੇਰਾ ਗਾਣਾ ਗਣ ਕੇ ਵੀ ਭੱਜ ਗਈ ਹੁਣ, ਮੰਮੀ ਲਾਦਾ ਮੰਮੀ ਗਾਉਗੀ, ਲੈ ਮੰਮੀ ਦਾਦੀ ਵੀ ਡੈਡੀ ਨੂੰ ਹਿੰਟ ਦੇ ਰਹੀ ਹੈ ਨਾਲ ਨਾਲ, ਰੋਟੀ ਹੱਕ ਦੀ ਖਾਈਏ ਜੀ ਚਾਹੇ ਬੂਟ ਪਾਲ ਸਾਂ ਕਰੀਏ, ਓਹੋ ਸ਼ਾਬਾਸ਼, ਹਾਂ ਡੈਡੀ ਨੂੰ ਸਨਮਾਨਿਤ ਕੀਤਾ ਗਿਆ, ਚੱਲ ਮੰਮੀ ਨੋਟ ਮਾਰੂਗੀ, ਮੰਮੀ ਨੋਟ ਮਾਰੂਗੀ। ਭੁੱਖੀ ਚਾਹੀਦਾ ਹੁਣ ਤੈਨੂੰ, ਰੋਟੀ ਖਾਣੀਆਂ ਹੁਣ, ਇਹਨੇ ਵੀ ਰੋਟੀ ਖਾਣੀਆਂ ਨਾਲ, ਤਾਂ ਇਹ ਵੀ ਚਟਾਈ ਦੇ ਆ ਕੇ ਬਹਿ ਗਈ ਕਿ ਮੈਨੂੰ ਵੀ ਰੋਟੀ ਪਾਓ, ਇਹ ਉੱਡਣ ਵਾਲਾ ਕੰਮ ਨਾ ਕਰਦੇ।
ਪਾਣੀ ਹੁਣ ਇਧਰ ਮੈਂ ਕੱਢਣ ਲੱਗੀ ਕੱਢਣ ਲੱਗੀ ਮੈਂਟੀ ਮੈਂਟੀ ਮੂਤ ਕੇ ਚਲ ਗਈ ਆਪਣੀ ਤਾਂ ਉਹ ਵੀ ਆਉਗੀ ਸੌ ਗਿਆ ਤੇ ਸਿਲਵਰ ਪਲੇਟ ਪਲੇਟ ਆਏਗੀ ਤੇਰਾ ਤਾਂ ਮੂੰਹ ਵੀ ਬੂਥਾ ਵੀ ਐਵੇਂ ਚਮਕੂਗਾ ਵੀ ਨੱਚਾਂਗੇ ਪਤਾ ਮੈਨੂੰ ਨੱਚਾਂਗੇ ਮੰਮੀ ਨੇ ਉਂਗਲੀਆਂ ਦੋਨੇ ਉੱਪਰ ਕਰਕੇ ਨੱਚਾਂਗੇ ਢੋਲ ਜਗੀਰ ਵਾਲੇ ਦੇ ਇੱਧਰ ਗਰਮ ਗਰਮ ਰੋਟੀ ਖਾ ਰਹੀ ਹੈ ਸੱਗੂ ਸਾਡੀ ਠੰਡੀ ਨੀ ਖਾਂਦੀ ਕੋਸੀ ਕੋਸੀ ਰੋਟੀ ਖਾਂਦੀ ਹੈ ਕਿੰਨੇ ਸਾਲ ਦੀ ਹੋ ਗਈ ਸਾਬਣ ਲੈ ਕੇ ਆਵੋ ਇਹਨੂੰ ਘੁਮਾਈਏ ਇੱਕ ਦਿਨ 8 ਸਾਲ ਦੀ ਹੋ ਗਈ ਜਿਆਦਾ ਨੀ ਹੁੰਦੀ 10 ਤੋਂ 11 ਸਾਲ ਹੁੰਦੀ ਹੈ ਨਾ ਹਜੇ ਨਹੀਂ 2-3 ਸਾਲ ਹੈਗੇ ਇਹਦੇ ਇਹ ਰੋਟੀ ਵੀ ਬਿਨਾਂ ਚੋਪੜੀ ਖਾਂਦੀ ਹੈ ਚੋਪੜੀ ਰੋਟੀ ਨਹੀਂ ਖਾਂਦੀ ਹੁਣ ਇਹ ਤਾਂ ਪੂਰਾ ਧਿਆਨ ਦਿੱਤੀ ਆ ਆਲੂਆਂ ਤੇ ਆਲੂ ਜ਼ਿਆਦਾ ਖਾਂਦੀ ਹੈ ਇਹ ਸਾਡੀ ਦੂਸਰੀ ਕੁੜੀ ਆ ਇਹ ਆਹੋ ਡੈਡੀ ਦੀ ਕੁੜੀ ਆ ਇਹ ਇਹਨੂੰ ਅਸੀਂ ਐਵੇਂ ਰੱਖ ਦਿਆਂਗੇ ਜਵਾਕਾਂ ਵਾਂਗੂ ਛੱਤਰ ਵੀ ਬਹੁਤ ਖਾਂਦੀ ਆ ਇਹ ਜਿਵੇਂ ਮੇਰੇ ਪੈਂਦੇ ਕਾਂਡ ਵੀ ਬਹੁਤ ਕਰਦੀ ਆ ਪੁੱਠੀ ਕਰਦੀ ਹੈਗੀ ਫਿਰ ਕੰਮ ਸਾਰੇ ਉਲਟੇ ਕਰਦੀ ਹੈ ਪਰ ਚੂਹਿਆਂ ਤਾਂ ਕੜੁੱਕੀ ਲਾਉਣ ਦੀ ਵੀ ਨੀ ਜ਼ਰੂਰਤ ਚੂਹੇ ਤਾਂ ਮਿੰਟ ਚ ਫੜਾ ਕੇ ਫੜ ਕੇ ਦਿਖਾ ਦਿੰਦੀ ਮੈਂ ਤਾਂ 70 ਰੁਪਏ ਦੀ ਕੜੁੱਕੀ ਲੈ ਕੇ ਉਹਰੇ ਲਾ ਕੇ ਗਈ ਉਹਦੀ ਚੂਹਾ ਵੜ ਗਿਆ ਮੇਰੇ ਆਉਂਦੀ ਤਾਂ ਕੜੀਸੀ ਫਿਰ ਸਾਰੇ ਵਿਹੜੇ ਚ ਤੋੜਤੀ ਉਹ ਮੈਂ ਤਾਂ ਹੁਣ ਪੈਸੇ ਲਾ ਕੇ ਗਈ ਮੈਂ ਕੜੁੱਕੀ ਨਹੀਂ ਲਾਉਣ ਦਿੰਦੀ ਇਹ ਆਪ ਹੀ ਫੜ ਲੈਂਦੀ ਕਹਿੰਦੀ ਮੇਰੇ ਹੁੰਦੇ ਤਾਂ ਕੜੁੱਕੀ ਕਹਿੰਦੀ ਮੇਰੇ ਹੁੰਦੇ ਤੁਹਾਨੂੰ ਕੜੁੱਕੀ ਦੀ ਜ਼ਰੂਰਤ ਗੂਰੀਆਂ ਤਾਂ ਮੋਜਾਂ ਗੋਭੀ ਦੀ ਸਬਜ਼ੀ ਖਾ ਲਈ ਮਿਰਚ ਕਿਵੇਂ ਅਜੇ ਤੱਕ ਸੱਗੂ ਅਜੇ ਤੱਕ ਆਪਾਂ ਖਾਧੀ ਨੀ ਲੂਣ ਮਿਰਚ ਕਿੱਦਾਂ ਸੱਗੂ ਜੀਭਾ ਤਾਂ ਕਾਫੀ ਮਾਰ ਰਹੀ ਹੈ ਅੱਗੇ ਸੱਗੂ ਨੂੰ ਪਤਾ ਹੋਣਾ ਹੁਣ ਇਹਨੂੰ ਹੈ ਕਿ ਮੇਰੇ ਮੂੰਹ ਚ ਬਹੁਤੀ ਪਾ ਦੇਵੇ ਫੂਕ ਵੀ ਨਾ ਮਾਰੇ ਪਾਣੀ ਨਿਕਲਿਆ ਉਹਨਾਂ ਦੇ ਮੂੰਹ ਚ ਆਜ ਪਾਣੀ ਆ ਜਾਣਾ ਹੋਰ ਸੱਚੀ ਗੱਲ ਆ ਜਦ ਇਹਨੂੰ ਕੋਈ ਚੀਜ਼ ਨਾ ਪਾ ਤੂੰ ਖਾਣ ਲੱਗ ਜਾ ਇਹ ਸੱਚੀ ਲਾਣਾ ਸਿੱਟਣ ਲੱਗ ਜਾਂਦੀ ਆ ਹੋਰ ਇਹਦੇ ਮੂੰਹ ਚ ਵੀ ਪਾਣੀ ਆਉਂਦਾ ਇਹਨੂੰ ਇਹ ਹੁੰਦਾ ਪਤਾ ਨੀ ਕੀ ਖਾਈ ਜਾ ਰਹੀ ਬਾਹਰ ਹੁਣ ਕਾਲੂ ਵੀ ਆ ਗਿਆ ਡੈਡੀ ਹੁਣ ਕਾਲੂ ਨੂੰ ਰੋਟੀ ਪਹੁੰਚ ਲਈ ਇਹਨੂੰ ਨਾ ਪਤਾ ਲੱਗੇ ਬਸ ਲੈ 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 ਉਹ ਭਰੇ ਵੀ ਨਹੀਂ ਆਉਣਾ ਦਾ ਹਾਂ ਰਵੀ ਚਲ ਜਿਸੇ ਪਿੰਡ ਦਾ ਵੀ ਲੱਭਣਾ ਪੈਣਾ ਜੀ ਨੇ ਕਹਿੰਦਾ ਹੌਟ ਕੀਤਾ ਹੌਟ ਕੀਤਾ ਹਾਂ ਹੌਟ ਕੀਤਾ ਹੌਟ ਆ ਚਲੋ ਹੁਣ ਟਾਈਮ ਵੀ ਬਹੁਤ ਹੋ ਗਿਆ ਹੁਣ ਅਸੀਂ ਰੋਟੀ ਖਾਈ ਬਸ ਚੋਗੂ ਲਾ ਲਾ ਪਾਣੀ ਪੀ ਲਾ ਸਰਗੂ ਮੈਡਮ ਨੇ ਚਲ ਪਾਣੀ ਪੀ ਲੈ ਜਾ ਸਾਡੀ ਬਹੂ ਨੂੰ ਵੀ ਬੁਲਾ ਲਿਆ
ਨਿਕਲ ਚੱਲੀ ਲੱਗੀ ਤੋੜ ਸਰੀਰ ਨੂੰ ਮੈਂ ਸੋਚਿਆ ਮੈਂ ਗਲਤ ਬੋਲ ਗਈ ਮੈਂ ਭੁੱਲ ਗਈ ਗੁਰਪ੍ਰੀਤ ਆ ਜਾ ਬਾਈ ਕਰਤਾ ਮੰਮੀ ਚੱਲ ਭਾਈ ਚੱਲ ਮੇਰਾ ਭਾਈ ਆਪਣੇ ਸੁਝਾਅ ਦਿਓ ਆਪਾਂ ਤਾਂ ਕੀ ਕਰੀਏ ਯਾਰ ਸਾਡੀ ਸਾਰੇ ਜਾਣੇ ਆਪਣੇ ਸੁਜੈਸ਼ਨ ਦਿਓ ਸਾਨੂੰ ਹਾਂ ਵੀ ਅਸੀਂ ਕਿੱਦਾਂ ਮਨਾਈਏ ਉਹਨੂੰ ਹੁਣ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਮਿਲਦੇ ਹਾਂ ਹੁਣ ਅਸੀਂ ਆਪਾਂ ਹੀ ਬਣਾਇਆ ਕਰਨਾ ਜਿੰਨਾ ਕੁ ਸਾਤੋਂ ਬਣਦਾ ਆਪਾਂ ਟਰਾਈ ਕਰਾਂਗੇ ਬਣਾਉਣ ਦਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਪਲੀਜ਼ ਰਵੀ ਚਲੋ ਹੁਣ ਬਾਏ ਕਰ ਦੋ ਸਾਰੇ ਜਾਣੇ ਬਾਏ ਹੁਣ ਅਸੀਂ ਤੁਹਾਨੂੰ ਅਗਲੇ ਵਲੌਗ ਚ ਮਿਲਾਂਗੇ ਬਾਏ।